ਉਹ ਵੀਡੀਓ ਚੱਲ ਰਹੀ ਹੈ ਜੀ। ਚੱਲ ਰਿਹਾ। ਅੱਜ ਬੜੀ ਅੱਜ ਜ਼ਰੂਰੀ ਮੇਰੇ ਨਾਲ ਪਤਾ ਨਹੀਂ ਕੀ ਹੋ ਗਿਆ ਨੈਟਵਰਕ ਨਹੀਂ ਚੱਲ ਰਿਹਾ। ਕੁਝ ਕਿ ਗੱਲਾਂ ਸੀ ਯਾਰ ਕੋਈ ਮੈਂ ਵੀ ਯਾਨੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਵੀ ਇਹਨੂੰ ਕੀ ਆ ਕਿਹਾ ਜਾਵੇ ਹਨਾ ਕੀ ਗੱਲ ਕਿਹਾ ਜਾਵੇ। ਉਹ ਮੰਜਮੇ ਤੁਹਾਨੂੰ ਮੈਂ ਗੱਲ ਦੱਸ ਰਿਹਾ ਸੀਗਾ ਵੀ ਆਪਣੇ ਪਿੰਡ ਦੇ ਮੁੰਡੇ ਆ ਗਏ ਅੱਜ ਆਪਣੇ ਕੋਲੇ ਤੇ ਉਹ ਕਹਿੰਦੇ ਵੀ ਬਾਈ ਤੁਸੀਂ ਜੇ ਵੇਲੇ ਹੋ ਵੀ ਆਪਾਂ ਚੱਲੀਏ ਆਪਾਂ ਆਪਣਾ ਟਰੈਕਟਰ ਲੈ ਕੇ ਚੱਲਣਾ। ਮੈਂ ਚੱਲ ਵੜਦੇ ਆਂ ਬਾਈ ਜੇ ਟਰੈਕਟਰ ਲੈ ਕੇ ਜਾਣ ਟਰੈਕਟਰ ਕਹਿੰਦੇ ਨਹੀਂ ਤੁਸੀਂ ਵੀ ਚੱਲੋ ਨਾਲ। ਮੈਂ ਠੀਕ ਹੈ ਬਈ ਆਪਾਂ ਚੱਲ ਪੈਂਦੇ ਆ। ਤੇ ਕੀ ਹੋਇਆ ਵੀ ਅਸੀਂ ਬਈ ਟਰੈਕਟਰ ਲੈ ਕੇ ਹੁਣ ਯਾਰ ਮੈਨੂੰ ਆਪਾਂ ਨੂੰ ਤਾਂ ਪਤਾ ਹੀ ਨਹੀਂ ਵੀ ਕਿਹਦਾ ਧਰਨਾ ਨਾ ਆਪਾਂ ਗੜੇ ਇਸ ਪੋਲਿਟਿਕਸ ਦੇ ਵਿੱਚ ਪਾਏ ਆ ਵੀ ਇਹ ਕਿਹੜੇ ਗਰੁੱਪ ਦਾ ਧਰਨਾ ਹੈ ਜਾਂ ਕਿਹਦਾ ਕਿਵੇਂ ਹੈਗਾ ਕਿਵੇਂ ਨਹੀਂ ਹੈਗਾ ਨਾ ਚਲੋ ਅਸੀਂ ਚੁੱਪ ਕਰਕੇ ਮੂੰਹ ਟੱਕ ਕੇ ਆਰਾਮ ਨਾਲ ਜਾ ਕੇ ਬਚਾਲੇ ਬਹਿ ਗਏ ਨਾ ਆਪਾਂ ਮਾਈਕ ਬਾਰੇ ਬੋਲੇ ਨਾ ਕੋਈ ਆਪਾਂ ਗੱਲਾਂ ਬਾਤਾਂ ਸੁਣੀ ਗਏ ਸਾਰਿਆਂ ਨੇ ਜਿੰਨੇ ਵੀ ਭਰਾ ਚਲ ਉੱਥੇ ਬੈਠੇ ਸੀ ਉਹਨਾਂ ਦੀ ਵੀ ਹੌਸਲਾ ਫਜਾਈ ਹੋਈ ਮੈਨੂੰ ਹੀ ਵਧੀਆ ਲੱਗਿਆ ਜਾ ਕੇ ਵੀਰ ਸੱਚੀਓ ਰੂਹ ਨੂੰ ਸ਼ਾਂਤੀ ਮਿਲੀ ਯਾਰ ਵੀ ਚਲ ਯਾਰ ਹਨਾ ਵੀ ਅੱਜ ਵਧੀਆ ਕੰਮ ਹੋ ਗਿਆ ਹਨਾ ਅੱਜ ਵੇਲੇ ਵੀ ਸੀ ਕਿ ਆਪਾਂ ਜਾ ਵੀ ਆਏ ਕਿ ਮੈਨਾਂ ਕਿਵੇਂ ਗੱਲ ਕਰਕੇ ਚਲੋ ਹਣਾ ਆਪਣੇ ਚਲ ਨੌਜਵਾਨ ਕਿਸਾਨ ਇਕਤਲੇ ਧਰਨੇ ਤੋਂ ਬਾਅਦ ਅੱਜ ਬੜੇ ਟਾਈਮ ਬਾਅਦ ਹਣਾ ਵੀ ਅੱਜ ਵੀ ਚਲ ਹਣਾ ਜਾਏ ਉੱਥੇ ਜਦੋਂ ਅਸੀਂ ਗਏ ਬੀਬੀਆਂ ਆਈਆਂ ਹੋਈਆਂ ਸੀ ਪਰ ਇਹ ਹੋਇ ਸੋ ਇਹਨਾਂ ਸਾਰਿਆਂ ਨੇ ਚਾਹ ਕੀਤਾ ਯਾਰ ਬੜਾ ਇੱਕ ਨੌਜਵਾਨ ਮੁੰਡਾ ਬੋਲਿਆ ਖਿਆਲੇ ਕਲਾ ਤੋਂ ਬਹੁਤ ਵਧੀਆ ਬੋਲਿਆ ਮੁੰਡਾ ਯਾਰ ਉਹ ਮੈਨੂੰ ਸੱਚੋਂ ਲੱਗਿਆ ਮਾ ਯਾਰ ਵੀ ਚਲ ਠੀਕ ਹੈ ਕੋਈ ਨਾ ਕੋਈ ਤਾਂ ਹਣਾ ਉਹ ਉਹ ਉਹਨੂੰ ਟਾਈਮ ਨਹੀਂ ਸੀ ਦਿੱਤਾ ਜਾ ਰਿਹਾ ਵੀ ਤੂੰ ਤੂੰ ਵੀ ਹਜੇ ਸਾਡੀ ਪਲੈਨਿੰਗ ਹੈ ਚਲੋ ਹੁੰਦੀ ਵੀ ਅਗਲੀਆਂ ਦੀ ਸਟੇਜ ਦੀ ਕੋਈ ਪਲੈਨਿੰਗ ਹੁੰਦੀ ਹੋਣੀ ਹੈ ਨਾ ਤੇ ਪਰ ਉਹ ਮੁੰਡਾ ਬੋਲਿਆ ਯਾਰ ਬੜੀਆਂ ਘੈਂਟ ਗੱਲਾਂ ਕੀਤੀ ਉਹਨੇ ਕਹਿੰਦਾ ਵੀ ਬਾਈ ਐ ਸੁਪਰ ਸੀਡਰ ਐ ਫਲਾਨਾ ਤੇ ਉਹ ਕੋਨੇ ਨਵੀਆਂ ਚੰਗੀਆਂ ਜਿਹੜਾ ਉਹਦਾ ਦਿਮਾਗ ਸੀ ਉਹਨੇ ਉਸ ਅਕੋਰਡਿੰਗ ਗੱਲਾਂ ਕੀਤੀਆਂ ਭਾਸ਼ ਨਹੀਂ ਆਪਾਂ ਉਹਨੂੰ ਕਹਿ ਸਕਦੇ ਵੀ ਦਿਲੋਂ ਗੱਲਾਂ ਕੀਤੀ ਉਹਨੇ ਉਸ ਬਾਰੇ ਇੱਕ ਅੰਕਲ ਨੇ ਮੈਗ ਫੜਿਆ ਅੰਕਲ ਕਹਿੰਦੇ ਵੀ ਵੀ ਐ ਕਰਕੇ ਸਰਕਾਰ ਐਵੇਂ ਕਰ ਰਹੀ ਹੈ ਇਹ ਕਲਾਕਾਰਾਂ ਨੂੰ ਲੈਕਚਰ ਜਿਹੜਾ ਲੈਕਚਰ ਲਾਣਾ ਵੀ ਸ਼ਰਮੈਂ ਬੈਠਾ ਹੀ ਤਾਂ ਕਰਕੇ ਹਨ ਮੈਂ ਸੁਣੀਆਂ ਗੱਲਾਂ ਚਲੋ ਉਹ ਵੀ ਮੈਂ ਸੁਣੀਆਂ ਮਾ ਚਲ ਵੱਡੇ ਆਪਣੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੰਨਾ ਇਹ ਕਲਾਕਾਰ ਆਪਾਂ ਨੂੰ ਖਰਾਬ ਕਰਦੇ ਨੇ ਫਲਾਨਾ ਧਮਕਾ ਇਹ ਮੈਂ ਠੀਕ ਹੈ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੇ ਤੁਹਾਨੂੰ ਲੱਗਦਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡੇ ਬੱਚੇ ਆ ਕੋਈ ਦਿੱਕਤ ਨਹੀਂ ਤੁਸੀਂ ਕਹਿਦਾ ਠੀਕ ਹੈ ਚਲੋ ਉਹ ਧਰਨੇ ਤੇ ਗਏ ਉਹ ਮੁੰਡੇ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਰਿਆਂ ਨੇ ਬੜਾ ਪਿਆਰ ਕੀਤਾ ਉਸ ਹਨ ਤੇ ਚਲ ਇੱਕ ਮੈਨੂੰ ਥੋੜੀਆਂ ਗੱਲਾਂ ਪਿੰਚਾਈ ਦੀਆਂ ਪਰ ਮੈਂ ਉਦੋਂ ਸਹੀ ਨਹੀਂ ਸਮਝਿਆ ਮਾ ਯਾਰ ਵੀ ਇਹ ਹਨਾ ਇੱਕ ਵੀ ਕੋਈ ਹੋਰ ਚੀਜ਼ ਚੱਲ ਰਹੀ ਹੈ ਚਲ ਕਿਸੇ ਦਾ ਦਿਮਾਗ ਹੁੰਦਾ ਉਹ ਆਪਣੇ ਤੇ ਲਾ ਗਿਆ ਜਾਂ ਕੁਝ ਹੋਰ ਕਰ ਗਿਆ ਚਲੋ ਆਪਾਂ ਆਪਾਂ ਇੰਨੀ ਗਨੋਰ ਨਹੀਂ ਗਨੋਰ ਕਰ ਦਿੰਦੇ ਵੀ ਜਦ ਤੱਕ ਬੰਦਾ ਆਪਣੇ ਦਾਂ ਲੈ ਕੇ ਕਵੇ ਫਿਰ ਆਪਾਂ ਨੂੰ ਉਸ ਚੀਜ਼ ਦਾ ਜਵਾਬ ਦਿੰਨੇ ਆ ਤਰੀਕੇ ਨਾਲ ਹਾਂ ਚਲ ਫਿਰ ਵੀ ਅੰਕਲ ਆ ਵੱਡੇ ਆ ਕੋਈ ਦਿੱਕਤ ਨਹੀਂ ਮਾ ਤੁਸੀਂ ਕੋਈ ਦਿੱਕਤ ਨਹੀਂ ਜੀ ਅਸੀਂ ਤਾਂ ਮਾ ਕਿਹਾ ਤੁਹਾਡੇ ਇੱਥੇ ਗੋਡਾ ਲਵਾਉਣ ਆਏ ਆ ਜੀ ਹਨਾ ਆਪਣੇ ਭਰਾਵਾਂ ਕਰਕੇ ਆਏ ਆ ਹਨਾ ਕੋਈ ਅਸੀਂ ਇੱਥੇ ਕੋਈ ਛੋਟਾ ਮੈਂ ਇੱਕ ਫੜਦ ਨਹੀਂ ਆਏ ਕੋਈ ਕੁਝ ਨਹੀਂ ਕਰਨਾ ਅਸੀਂ ਤਾਂ ਵੀ ਆਪਾਂ ਜਨਰਲੀ ਹਨਾ ਆਪਣਾ ਬਣਦਾ ਉਹ ਨਾ ਕੌਣਾ ਯਾਰ ਠੀਕ ਹੈ ਨਾ ਸਾਡਾ ਮਾਨਸਾ ਸ਼ਹਿਰ ਆ ਸਾਡੇ ਮਾਨਸਾਲੇ ਇਲਾਕੇ ਦੇ ਵਿੱਚ ਕੋਈ ਚੰਗਾ ਕੰਮ ਹੋ ਰਿਹਾ ਤੇ ਸਾਡਾ ਉੱਥੇ ਜਾਣਾ ਬਣਦਾ ਅਸੀਂ ਉੱਥੇ ਗਏ ਆ ਠੀਕ ਆ ਤੁਹਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਤੇ ਜੇ ਤੁਸੀਂ ਤੇਰੇ ਮਾ ਉਹ ਨੋਵਰ ਕਰਤੀ ਮਾ ਚੱਲ ਕੋਈ ਗੱਲ ਨਹੀਂ ਜੇ ਅੰਕਲ ਨੂੰ ਆਪਣੇ ਤਵਾ ਲੈ ਕੇ 10 ਮਿੰਟ ਸ਼ਾਂਤੀ ਮਿਲਦੀ ਐ ਕੋਈ ਲਾ ਲੈਣ ਦੇ ਮਾ ਕੋਈ ਦਿੱਕਤ ਨਹੀਂ ਪਰ ਅੰਕਲ ਅਸੀਂ ਤੁਹਾਡੇ ਇੱਥੇ ਹੈਲਪ ਕਰਨ ਆਏ ਆ ਹਨਾ ਪਰ ਤੁਸੀਂ ਸਾਡੇ ਨਾਲ ਨਫ਼ਰਤ ਨਾ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਨਾ ਉਹ ਤੋਂ ਬਾਅਦ ਮੈਂ ਚਲੋ ਧੰਨੇ ਤੁਰਨੇ ਤੇ ਆਏ ਚੱਲ ਸਾਡੇ ਜਿਹੜੇ ਮੁੰਡੇ ਸੀਗੇ ਆਪਣੇ ਪਿੰਡ ਦੇ ਬਹੁਤ ਖੁਸ਼ ਗਏ ਨੇ ਬਾਈ ਪਰ ਘੈਂਟ ਹੋ ਗਏ ਨੇ ਯਾਰ ਆ ਗਿਆ ਹਨਾ ਤੇ ਆਪਾਂ ਕੱਲ ਨੂੰ ਵੀ ਚੱਲਣਾ ਮਾ ਕੋਈ ਦਿੱਕਤ ਨਹੀਂ ਡਾਰਲਿੰਗ ਕੱਲ ਨੂੰ ਵੀ ਚੱਲ ਪਾਂਗੇ ਕੋਈ ਦਿੱਕਤ ਨਹੀਂ ਮੈਂ ਹੁਣੀ ਹਜੇ ਖੇਰ ਗੁੜ ਕੇ ਆਏ ਤੇ ਮੈਂ ਦੁੱਧ ਪੀ ਕੇ ਢਾਈ ਤੇ ਮਨੇ ਕੱਲ ਵੀਡੀਓ ਦੇਖੀ ਮੈਨੂੰ ਨਹੀਂ ਸੀ ਪਤਾ ਵੀ ਉਹ ਜਿਹੜੇ ਧਰਨੇ ਤੇ ਮੈਂ ਗਿਆ ਉਹਦਾ ਮੁਖੀ ਕੌਣ ਹੈ ਜਾਂ ਕਿਹੜੇ ਗਰੁੱਪ ਬੰਨੀ ਹੋ ਆਪਾਂ ਯਾਰ ਉਸੀ ਤੋਂ ਲੈਣਾ ਦੇਣਾ ਕੋਈ ਕੋਈ ਨਹੀਂ ਹੈ ਨਾ ਆਪਾਂ ਤਾਂ ਇਹਦਾ ਕਿਸਾਨ ਗਏ ਸੀ ਵੀ ਚਲ ਐਦਾ ਸਪੋਰਟ ਕਰਨ ਮੈਂ ਭੁੱਲ ਗਿਆ ਉਹ ਬੰਦਾ ਕੋਈ ਸੀਗਾ ਰੁਲਦਾ ਸਿੰਘ ਮੈਂ ਨਹੀਂ ਜਾਣਦਾ ਅੰਕਲ ਨੂੰ ਕੌਣਾ ਹੋ ਕਿਵੇਂ ਹੈ ਕੀ ਹੈ ਠੀਕ ਹੈ ਨਾ ਚਲੋ ਕਿਸਾਨ ਆਗੂ ਹੋਣਾ ਹਨਾ ਵੀ ਮੈਂ ਮੇਰੇ ਕੱਡੇ ਧਿਆਨ ਚ ਮੈਨੂੰ ਮੇਰੇ ਤੋਂ ਮਹਾ ਧਿਆਨ ਉਹ ਬੰਦਾ ਕਹਿ ਰਿਹਾ ਕਹਿੰਦਾ ਜੀ ਇਸ ਤੋਂ ਇੱਥੇ ਆਵੇ ਜਿਹੜਾ ਮਰਜ਼ੀ ਆਵੇ ਅਸੀਂ ਮਾਈਕ ਤਾਂ ਕਿਸੇ ਨੂੰ ਦੰਦੇ ਨਹੀਂ ਹਨਾ ਉਹ ਉਹਨੇ ਪਹਿਲਾਂ ਵੀ ਕਹਣਾ ਸੀ ਇੱਕ ਵਾਰੀ 25 ਤਰੀਕ ਨੂੰ ਧਰਨਾ ਲਾਇਆ ਸੀ ਉਹਨੇ ਸਾਡੇ ਬਰਾਬਰ ਧਰਨਾ ਲਾਤਾ ਅੱਜ ਤਾ ਉਹਨੇ ਚੰਗਾ ਨਹੀਂ ਸਮਝਦੇ ਮੈਂ ਅੰਕਲ ਦੀ ਗੱਲ ਨੂੰ ਥੋੜਾ ਜਿਹਾ ਮੈਨੂੰ ਇਸ ਗੱਲ ਤੇ ਪਿੰਚ ਲੱਗ ਗਿਆ ਵੀ ਪਹਿਲੀ ਗੱਲ ਤਾਂ ਤੁਹਾਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੈਗਾ ਵੀ ਅਸੀਂ ਧਰਨਾ ਕਿਉਂ ਲਾਇਆ ਸੀ ਠੀਕ ਹੈ ਦੂਜੀ ਗੱਲ ਸੌਂ ਲੱਗੇ ਵਾਈ ਗੁਰੂ ਜੀ ਸੌਂ ਲੱਗੇ ਸੱਚੇ ਪਾਤਸ਼ਾਹ ਮੈਂ ਕਹਿੰਦਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਇੱਥੇ ਮਾਈਕ ਕੋਣ ਤਾਂ ਆਈ ਨਹੀਂ ਥੋੜਾ ਤੁਹਾਨੂੰ ਇਹਨਾਂ ਮਾਈਕ ਦਾ ਖਤਰਾ ਕਿਉਂ ਪੈ ਜਾਂਦਾ ਤੁਹਾਨੂੰ ਐਵੇਂ ਕਿਉਂ ਲੱਗਦਾ ਵੀ ਤੁਹਾਡਾ ਮਾਈਕ ਹੀ ਕੋਣ ਆਇ ਅਜ ਤਾਂ ਯਾਰ ਥੋੜੇ ਜਵਾਬ ਆ। ਅਜ ਤਾਂ ਕਹਿਣਾ ਵੀ ਤੁਸੀਂ ਮੂਰੇ ਲੱਗੋ ਭਾਈ ਤੁਸੀਂ ਇੱਕ ਹੋਰ ਬਿਆਨ ਦਿੰਦਾ ਮੈਂ ਤੁਹਾਨੂੰ ਵੀਡੀਓ ਪਾਉਂਗਾ ਇਦੋਂ ਬਾਅਦ। ਉਹਨੇ ਇੱਕ ਹੋਰ ਬਿਆਨ ਦਿੱਤਾ। ਸਈ 40-40 ਸਾਲ ਹੋ ਗਏ ਸਾਨੂੰ ਸਾਡਾ ਭਾਸ਼ਣ ਸੁਣਨ। ਅਜ ਤਾਂ ਹੀ ਭਾਈ ਸੁਣ ਨਹੀਂ ਗਏ ਆ ਥੋੜਾ ਤੁਹਾਨੂੰ ਐਵੇਂ ਕੋ ਲੱਗਿਆ ਥੋੜਾ ਮੈਂ ਖੋਇਆ ਸੀ। ਠੀਕ ਹੈ ਨਾ। ਵੀ ਯਾਰ ਅਸੀਂ ਕੌਣ ਆ ਯਾਰ? ਠੀਕ ਹੈ ਸਿੱਧੂ ਮੂਸੇ ਵਾਲਾ ਕੌਣ ਆ? ਸਿੱਧੂ ਮੂਸੇ ਵਾਲਾ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ। ਠੀਕ ਆ ਪਿੰਡੂ ਦਾ ਮੂਸਾ ਕਿੱਤਾ ਉਹਦਾ ਅੱਜ ਵੀ ਖੇਤੀ ਹੈ। ਬੇਸ਼ੱਕ ਉਹ ਕਲਾਕਾਰ ਬਣ ਗਿਆ। ਪਰ ਇਹੋ ਜਿਹਾ ਬਿਹੇਵੀਅ ਠੀਕ ਹੈ ਇਹ ਕਿਉਂ ਵੀ ਬੇਰ ਫਿਰ ਤੁਸੀਂ ਕਹਿੰਦੇ ਹੋ ਯਾਰ ਸਾਡੇ ਨਾਲ ਨੌਜਵਾਨ ਤੁਰਦੇ ਨਹੀਂ ਨੌਜਵਾਨਾਂ ਨੂੰ ਤੁਸੀਂ ਬੇਤੀ ਤੁਸੀਂ ਨੌਜਵਾਨਾਂ ਦੀ ਜਿੱਤੇ ਤੁਹਾਡੇ ਨਾਲ ਕੋਈ ਤੁਹਾਡੇ ਤੁਸੀਂ ਬੇਤੀ ਥੋੜੀ ਮਿੰਟ ਮਿੰਟ ਚ ਕਰ ਦਿੰਦੇ ਹੋ ਕਿਹੜੀ ਇੱਕ ਤਰੀਕ ਗੱਲ ਕਰ ਰਹੇ ਹੋ ਤੁਸੀਂ ਠੀਕ ਹੈ ਨਾ ਮੇਰਾ ਭਾਈ ਤੁਸੀਂ ਜੇ ਸਾਡੇ ਤੋਂ ਤੁਸੀਂ 40-40 ਸਾਲ ਵੱਡੇ ਹੋ ਉਸ ਤਾਂ ਥੋੜਾ ਆਦਰ ਕਰਦੇ ਸਾਡੇ ਪਿਓਾਂ ਦੀ ਸਾਡੇ ਦਾਦਿਆਂ ਦੀ ਥਾਂ ਤੇ ਹੋ ਤੁਸੀਂ ਅਸੀਂ ਉਸ ਆਦਰ ਕਰਕੇ ਪਿੰਡੋਂ ਆਉਂਦਾ ਟਾਈਮ ਕੱਢ ਕੇ ਤੁਹਾਡੇ ਨਾਲ ਤੁਹਾਨੂੰ ਲੱਗੇ ਆ ਕਿਉਂਕਿ ਸਾਡੇ ਵੀ ਠੀਕ ਹੈ ਸ਼ਾਇਦ ਤੁਹਾਡੇ ਲਈ ਅਸੀਂ ਕੁਝ ਵੀ ਨਾ ਹੋਈਏ ਹਨਾ ਤੁਹਾਡੇ ਲਈ ਅਸੀਂ گاਉਣ ਵਾਲੇ ਹੋਈਏ ਜਿਵੇਂ ਤੁਸੀਂ ਕਹਿੰਦੇ ਹੋ ਨਾ گاਉਣ ਵਾਲੇ ਲੈਕਚਰ ਲਾਣਾ ਕਹਿ ਲੋ ਜਿਵੇਂ ਵੀ ਕਹਿ ਲੋ ਤੁਸੀਂ ਪਰ ਜਿਹੜੇ ਸਾਨੂੰ ਪਿਆਰ ਕਰਦੇ ਨੇ ਸਾਨੂੰ ਉਹ ਆਪਣਾ ਭਰਾ ਸਾਡਾ ਦਿਲ ਦਾ ਟੁਕੜਾ ਮੰਨਦੇ ਨੇ ਠੀਕ ਹੈ ਨਾ ਜੇ ਅੱਜ ਇੱਕ ਬੰਦੇ ਨੂੰ ਅਸੀਂ ਇੱਕ ਇੱਕ ਇੰਨਾ ਕੁ ਮੈਂ ਮਾਨ ਕਰਦਾ ਜਿਵੇਂ ਮੈਂ ਇੱਕ ਆਵਾਜ਼ ਮਾਰੂੰਗਾ ਤਾਂ 10000 ਬੰਦਾ ਬੁੱਲੂਗਾ ਠੀਕ ਹੈ ਨਾ ਵੀ ਫਿਰ ਯਾਰ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਕਿਹੜੇ ਫਿਰ ਤੁਸੀਂ ਕਹਿੰਦੇ ਹੋ ਵੀ ਨੌਜਵਾਨ ਸਾਡੇ ਨਾਲ ਤੁਰਦੇ ਨਹੀਂ ਫਲਾਣਾ ਨਹੀਂ ਤੁਰਦੇ ਯਾਰ ਆ ਬੇਵਕੂੜਾ ਕਿਹੜਾ ਹੁੰਦਾ ਮੈਨੂੰ ਸਮਝ ਨਹੀਂ ਆਉਂਦੀ ਠੀਕ ਹੈ ਨਾ ਅਸੀਂ ਤਾਂ ਜੀ ਸੰਤ ਅਸਤੋਂ ਚੰਗਾ ਨਹੀਂ ਮੰਨਦੇ ਆਵੇ ਜੁਈ ਸਾਡੇ ਕਿਹਾਵੇ ਦੇਖ ਭਰਾ ਮੁਕਦੀ ਗੱਲ ਇਹ ਆ ਠੀਕ ਹੈ ਅਸੀਂ ਮੈਂ ਧਰਨਾ ਕਿਸੇ ਦੇ ਕਿਸੇ ਆਗੂ ਕਰਕੇ ਨਹੀਂ ਧਰਨੇ ਤੇ ਜਾਂਦਾ ਨਾ ਮੈਂ ਕਿਸੇ ਮੈਨੂੰ ਕਿਸੇ ਆਗੂ ਦਾ ਕੋਈ ਮੈਨੂੰ ਘਬਰਾਹਟ ਹੈ ਮੈਨੂੰ ਕਿਸੇ ਆਗੂ ਤੋਂ ਠੀਕ ਹੈ ਅਸੀਂ ਕਿਸਾਨਾਂ ਦੀ ਸਪੋਰਟ ਕਰਦੇ ਹਾਂ ਠੀਕ ਹੈ ਅਸੀਂ ਚਾਹੁੰਦੇ ਹਾਂ ਭਾਈ ਤੁਸੀਂ ਮਿਹਨਤ ਕਰ ਰਹੇ ਹੋ ਜੋ 40-40 ਸਾਲਾਂ ਤੋਂ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਅਸੀਂ ਉਸ ਦੀ ਸਰਾਨਾ ਕਰਦੇ ਹਾਂ ਤੇ ਨਾ ਅਸੀਂ ਉਹਦਾ ਮੈਕ ਫੜ ਕੇ ਤੁਹਾਡੇ ਤੋਂ ਖੋ ਕੇ ਮੈਕ ਅਸੀਂ ਉਹਦਾ ਸੇਰਾ ਆਪ ਦੇ ਸੁਰੱਖਣਾ ਸਾਡਾ ਕੰਮ ਕੀਤਾ ਕਲਾਕਾਰੀ ਦਾ ਸਾਡਾ ਚੱਲੀ ਜਾਉ ਜਿਹੜੀ ਖੇਤੀਬਾੜੀ ਮੁੱਟੀ ਕਰਦੇ ਉਹ ਵੀ ਸਾਡੀ ਚੱਲੀ ਜਾਉ ਠੀਕ ਹੈ ਅਸੀਂ ਪਹਿਲਾਂ ਕਿੰਨਾ ਤੁਹਾਡੇ ਵਿੱਚ ਆ ਕੇ ਤੁਹਾਡੇ ਮਾਈਕ ਕੋਲੇ ਠੀਕ ਹੈ ਅਸੀਂ ਐਜ਼ ਆ ਸਾਡਾ ਰਿਸਪੌਂਸਿਬਿਲਟੀ ਬਣਦੀ ਹੈ ਵੀ ਇੱਕਾ ਕਿਸਾਨ ਦਾ ਪੁੱਤ ਹਨਾ ਸਾਨੂੰ ਵੀ ਉਹੀ ਲੋਕ ਸੁਣਦੇ ਨੇ ਉਹੀ ਮਾਨ ਸਾਰੇ ਲੋਕ ਪੱਟਾਂ ਥਾਪੀ ਮਾਰ ਕੇ ਕਹਿੰਦੇ ਨੇ ਵੀ ਇਹ ਸਾਡਾ ਭਰਾ ਹੈ ਉਹਨਾਂ ਕਰਕੇ ਗਏ ਆ ਨਾ ਮੈਂ ਤੇਰੇ ਕਰਕੇ ਆਇਆ ਸੀ ਤੇ ਨਾ ਮੈਂ ਤੇਰੇ ਕਰਕੇ ਕਦੇ ਆਉਣਾ ਠੀਕ ਹੈ ਨਾ ਵੀ ਧਰਨਿਆਂ ਦੇ ਵਿੱਚ ਸਿਆਸਤਾਂ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਬਸ ਮੈਨੂੰ ਹੈਗੇ ਤੁਸੀਂ ਸਾਥ ਤੋਂ ਵੱਡੇ ਹੋ ਠੀਕ ਹੈ ਪਰ ਮੈਨੂੰ ਇਸ ਚੀਜ਼ ਦਾ ਬਹੁਤ ਬੁਰਾ ਲੱਗਿਆ ਹਨਾ ਅਸੀਂ ਜਿੰਨਾ ਜਿੰਨਾ ਕਰਕੇ ਜਿੰਨਾ ਬੰਦਿਆਂ ਕਰਕੇ ਗਏ ਆ ਯਾਰ ਉਹਨਾਂ ਨੂੰ ਪਤਾ ਸਾਡੀ ਵੈਲਿਊ ਕੀ ਹੈ ਠੀਕ ਹੈ ਨਾ ਉਹਦੇ ਤੇ ਯਾਨੀ ਕਿ ਤੁਸੀਂ ਕਹਿ ਰਹੇ ਹੋ ਅਸੀਂ ਤਾਂ ਇਹਨੂੰ ਬਹਿਣਾ ਬਹਿ ਜੇ ਸਾਨੂੰ ਕੋਈ ਕੋਈ ਦਿੱਕਤ ਨਹੀਂ ਯਾਰ ਧਰਨਾ ਲਾਉਣ ਨੂੰ ਅਸੀਂ ਕੋਈ ਨਾ ਥੋੜੀ ਮੈਂ ਜਦੋਂ ਧਰਨਾ ਲਾਇਆ ਨਾ ਅਸੀਂ ਉਹ ਧਰਨਾ ਕਿਉਂ ਲਾਇਆ ਗਿਆ ਅਸਲ ਦੇ ਵਿੱਚ ਉਹ ਧਰਨਾ ਕਿਉਂ ਲਾਇਆ ਗਿਆ ਜਿਹੜਾ ਨੋ ਨਵਾਂ ਕਿਸਾਨ ਇਕਤਾ ਮੈਂ ਤੇ ਭਾਂਦੇ ਨਹੀਂ ਚੱਲ ਜਿਵੇਂ ਵੀ ਕੀਤਾ ਉਹ ਤਾਂ ਕੀਤਾ ਗਿਆ ਕਿਉਂਕਿ ਆ ਬਿਹੇਵ ਹੁੰਦਾ ਹਰੇਕ ਧਰਨੇ ਤੇ ਵੀਰ ਤੁਸੀਂ ਜੇ ਜੇ ਕਲਾਕਾਰ ਬਾਗ ਗਿਆ ਤਾਂ ਵੀ ਲੰਡੂ ਹੈ ਜੇ ਨਹੀਂ ਗਿਆ ਤਾਂ ਵੀ ਲੰਡੂ ਹੈ ਹਾਂ ਜੀ ਹਾਂ ਅਸੀਂ ਕਲਾਕਾਰਾਂ ਤੋਂ ਕੀ ਲੈਣਾ ਫਿਰ ਠੀਕ ਹੈ ਭਰਾ ਅਸੀਂ ਤਾਂ ਕਹਿ ਨਹੀਂ ਨਹੀਂ ਸਾਥੋਂ ਕੀ ਲੈਣਾ ਤੁਸੀਂ ਠੀਕ ਹੈ ਨਾ ਵੀ ਜੇ ਤੁਸੀਂ ਜੇ ਤੁਸੀਂ ਸੱਚੀਓ ਕਿਸੇ ਦਾ ਯਾਰ ਤੁਸੀਂ ਸੱਚੀਓ ਕਹਿੰਦੇ ਹੋ ਵੀ ਏਕਾ ਹੋਵੇ ਤਾਂ ਨਫ਼ਰਤ ਦੀ ਰਾਜਨੀਤੀ ਬੰਦ ਕਰੋ ਮੇਰਾ ਵੀਰ ਠੀਕ ਹੈ ਨਾ ਅਸੀਂ ਵੀ ਥੋ ਆਮ ਘਰਾਂ ਚੋਂ ਆ ਯਾਰ ਅਸੀਂ ਕਿਹੜਾ ਕੋਈ ਸਾਲਾ ਕਲਾਕਾਰ ਜੀ ਅਸੀਂ ਮਾਈਕ ਲੈ ਕੇ ਜੰਮੇ ਸੀ ਠੀਕ ਹੈ ਨਾ ਅਸੀਂ ਸਾਰੇ ਚੌਣੇ ਯਾਰ ਸਾਰੇ ਕਿਸਾਨ ਇਕੱਠੇ ਹੋ ਉਹ ਸਾਰੇ ਅਸੀਂ ਇਸ ਤਰ੍ਹਾਂ ਨਾਲ ਤੁਸੀਂ ਕਰੋ ਭਾਈ ਅਸੀਂ ਤੁਹਾਡੇ ਪਿੱਛੇ ਆ ਪਰ ਜੇ ਤੁਸੀਂ ਯਾਰ ਆਹ ਕੰਮ ਕਰੋਗੇ ਯਾਰ ਇਹ ਕਿੱਦਾਂ ਚੱਲੂਗਾ ਮੈਨੂੰ ਦੱਸੋ ਠੀਕ ਹੈ ਨਾ ਵੀ ਯਾਰ ਇੱਕ ਸਟੇਜ ਆ ਯਾਰ ਠੀਕ ਹੈ ਅਸੀਂ ਅਸੀਂ ਸਾਰੇ ਕਹਿੰਦੇ ਆ ਵੀ ਤੁਸੀਂ ਛੱਡ ਦੋ ਵੱਡੇਓ ਤੁਸੀਂ ਮਾਈਕ ਤੇ ਬੋਲੋ ਯਾਰ ਕਿ ਸਾਡਾ ਬੈਠਣ ਦਾ ਹੱਕ ਵੀ ਨਹੀਂ ਠੀਕ ਹੈ ਨਾ ਜੇ ਅਗਰ ਧਰਨਾ ਨਾ ਤਾਂ ਇਸ ਤੋਂ ਨੂੰ ਚੰਗਾ ਨਹੀਂ ਸਮਝਿਆ ਕਿਉਂ ਨਹੀਂ ਚੰਗਾ ਸਮਝਿਆ ਧਰਨੇ ਤੇ ਬਈ ਅਸੀਂ ਇਹ ਜਿਹਾ ਧਰਨੇ 'ਚ ਕੀ ਕਰਤਾ ਸਾਡੀ ਆਪਣੀ ਮਰਜ਼ੀ ਕਿਉਂਕਿ ਸਾਨੂੰ ਤੁਸੀਂ ਰਾਜ ਆਪਦਾ ਹਿੱਸਾ ਨਹੀਂ ਮੰਨਦੇ ਅਸੀਂ ਧਰਨਾ ਤਾਂ ਅਡ ਲਾਇਆ ਨੌਜਵਾਨ ਕਿਸਾਨ ਇਹ ਤਾਂ ਉਦਾਂ ਤੁਸੀਂ ਕਿਹਨੂੰ ਵੀ ਬਜ਼ੁਰਗ ਧਰਨੀਆਂ ਤੇ ਜਾਂਦੇ ਨੇ ਮੁੰਡਾ ਕੋਈ ਨਹੀਂ ਆਉਂਦਾ ਯਾਰ ਜੇ ਮੁੰਡੇ ਉਹਨਾਂ ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰਨ ਲੱਗ ਜਾਨੇ ਹੋ ਅਜੇ ਤੈਨੂੰ ਚੰਗਾ ਨਹੀਂ ਮੰਨਦੇ ਇਸੇ ਡਰ ਕਰਕੇ ਤੇ ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਤੇਰਾ ਧਰਨਾ ਇਹ ਠੀਕ ਹੈ ਨਾ ਨਾ ਅਸੀਂ ਕਦੇ ਮੈਂ ਸੋਚ ਕੇ ਗਿਆ ਵੀ ਉਹ ਫਲਾਣੇ ਦਾ ਧਰਨਾ ਪੂਰੀ ਸਪੋਰਟ ਅਸਦਾ ਪੋਲੀਟੀਕਲ ਅਸਤਾ ਸਾਡਾ ਅਸੀਂ ਪ੍ਰੋਪੋਗੈਂਡ ਦੇ ਚ ਪੈਂਦੀ ਨਹੀਂ ਵੀ ਕਿਹਦਾ ਧਰਨਾ ਕਿਹਦਾ ਝੰਡਾ ਚੱਕ ਕੇ ਹੀ ਤੁਰਨਾ ਨਾ ਅਸੀਂ ਨੰਬਰ ਕੁੱਟਣ ਖਾਤਰ ਜਾਂਦੇ ਆਂ ਭਰਾ ਨਾ ਸਾਨੂੰ ਭਾਸ਼ਣ ਦੇਣ ਦਾ ਸ਼ੌਂਕ ਹੈ ਨਾ ਅਸੀਂ ਵੋਟਾਂ ਮਨਾਉਣੀਆਂ ਨੇ ਸਾਡਾ ਵਧੀਆ ਕੰਮਕਾਰ ਚੱਲਦਾ ਵੀਰੇ ਠੀਕ ਹੈ ਨਾ ਅਸੀਂ ਕੀ ਕਿਸੇ ਤੋਂ ਲੈਣਾ ਯਾਰ ਠੀਕ ਹੈ ਨਾ ਸਰ ਸਾਡਾ ਫਰਜ਼ ਬਣਦਾ ਹਨਾ ਵੀ ਮੈਂ ਤੁਹਾਨੂੰ ਉਹ 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 ਮੈਂ ਵੀਡੀਓ ਵੀ ਤੁਹਾਨੂੰ ਮੈਂ ਇਹ ਤੋਂ ਬਾਅਦ ਪਾਉਂਗਾ ਤੁਸੀਂ ਦੇਖ ਲਿਓ ਵੀ ਕੀ ਬਿਆਨਬਾਜ਼ੀ ਆ ਉਹ ਅਸਤਾ ਚੰਗਾ ਨਹੀਂ ਮੰਨਿਆ ਮੈਨੂੰ ਪਤਾ ਤੁਸੀਂ ਨਹੀਂ ਚੰਗਾ ਮੰਨਦੇ ਯਾਰ ਜੇ ਤੁਸੀਂ ਸਾਨੂੰ ਚੰਗਾ ਮੰਨਦੇ ਹੋ ਤਾਂ ਸਾਨੂੰ ਤਾਂ ਨਾਮਾ ਲਾਉਣ ਦੀ ਕੀ ਲੋੜ ਸੀ ਅੱਡ ਰੌਲਾ ਯਾਰ ਅਸੀਂ ਤੁਹਾਡੀ ਕੋਈ ਮੈਗ ਥੋੜੀ ਕੋਣ ਲੱਗੀਆਂ ਜਾਂ ਅਸੀਂ ਅਸੀਂ ਵੀਰੇ ਸਿਆਸਤ ਨਹੀਂ ਕਰਨ ਲੱਗੇ ਅੰਕਲ ਮੈਂ ਤੁਹਾਨੂੰ ਅਸੀਂ ਦੱਸਣ ਲੱਗੇ ਆ ਠੀਕ ਹੈ ਅੱਜ ਚਲੋ ਤੁਸੀਂ ਜੋ ਵੀ ਬਿਆਨ ਦਿੱਤਾ ਅੱਜ ਧਰਨੇ ਤੇ ਆ ਗਏ ਗਲਤੀ ਹੋ ਗਈ ਕੱਲ ਤੋਂ ਕੋਈ ਧਰਨੇ ਤੇ ਨਹੀਂ ਆਵਾਂਗੇ ਅਸੀਂ ਠੀਕ ਹੈ ਤੁਹਾਨੂੰ ਬੁਰਾ ਲੱਗਦਾ ਵੀ ਭਾਈ ਅਸੀਂ ਕੋਈ ਗਲਤ ਕੰਮ ਕਰ ਰਹੇ ਹਾਂ ਜਾਂ ਕੋਈ ਥੋੜੀ ਸ਼ਾਨ ਚ ਫਰਕ ਪੈ ਰਿਹਾ ਇਸ ਟੀ ਨਾਲ ਕੋਈ ਦਿੱਕਤ ਨਹੀਂ ਹੈਗੀ ਜੋ ਸਾਨੂੰ ਸਪੋਰਟ ਕਰੂਗਾ ਜਿਹੜਾ ਸਾਨੂੰ ਪਿਆਰ ਮੁਹੱਬਤ ਨਾਲ ਕਹੂਗਾ ਵੀ ਭਾਈ ਆਜੋ ਤੁਸੀਂ ਆ ਜੀ ਉੱਥੇ ਬਗ ਜਾ ਕਰਾਂਗੇ ਭਾਈ ਅਸੀਂ ਕੱਲ ਤੋਂ ਨਹੀਂ ਆਇਆ ਕਰਾਂਗੇ ਠੀਕ ਹੈ ਨਾ ਜੀ ਪਰ ਸਾਲਾ ਆਹ ਦੇ ਬੁਰਾ ਲੱਗਦਾ ਯਾਰ ਵੀ ਕੀ ਗੱਲ ਹੈ ਮੈਂ ਤੁਹਾਨੂੰ ਸ਼ਾਇਦ ਵੀਡੀਓ ਵੀ ਦਿਖਾਈ ਦੇ ਮੈਂ 1 ਮਿੰਟ ਤੁਹਾਨੂੰ ਮੈਂ ਇੱਥੇ ਪਈ ਹੋਊਗੀ ਵੀਰ ਸਾਡਾ ਮੋਟਿਵ ਕੋਈ ਰਾਜਨੀਤੀ ਕਰਨਾ ਨਹੀਂ ਹੈਗਾ ਵੀ ਜੋ ਅਸੀਂ ਜਾ ਕੇ ਰੋਟੀਆਂ ਸੇਕੀ ਆ ਅਸੀਂ ਅਸਤਾ ਯਾਰ ਐਜ਼ ਆ ਬ੍ਰਦਰ ਐਦਾ ਯਾਨੀ ਕਿ ਆਪਾਂ ਕਹਿ ਸਕਦੇ ਆ ਵੀ ਵੀ ਕਿਸਾਨ ਹਨਾ ਤੁਹਾਡੇ ਨਾਲ ਤੁਰਨ ਦੀ ਕੋਸ਼ਿਸ਼ ਕੀਤੀ ਹੈ ਕੋਈ ਕੋਈ ਯਾਨੀ ਕਿ ਇਹ ਵੋਟਾਂ ਨਹੀਂ ਲੈਣੀ ਮੈਂ ਮੈਂ ਵੀਡੀਓ ਭਾਲਦਾ ਵੀਰੇ 1 ਮਿੰਟ ਦਾ ਜੀਵਨ ਲੱਭ ਗਈ ਆ ਵੀਡੀਓ ਆ